ਸਤਿ ਸ਼੍ਰੀ ਅਕਾਲ ਜੀ। ਜੋ ਤੁਸੀਂ ਇਹ ਦੇਖ ਰਹੇ ਹੋ ਇਹ ਜੀਰੋ ਡਰਿੱਲ ਹੈਗੀ ਜਗਤਜੀਤ ਕੰਪਨੀ ਦੀ। ਆਪਾਂ ਕੱਲ੍ਹ ਹੀ ਇਹ ਨਵੀਂ ਲੈ ਕੇ ਆਏ ਹਾਂ ਰਾਤ, ਕਿਉਂਕਿ ਰਾਤ ਹਨੇਰਾ ਹੋ ਗਿਆ ਸੀ ਫਿਰ ਵੀਡੀਓ ਬਣਾ ਨਹੀਂ ਪਾਏ ਹੈਗੇ। ਅਤੇ ਕੱਲ੍ਹ ਘੱਟੋ ਘੱਟ ਅਸੀਂ 12-1 ਵਜੇ ਦੇ ਗਏ ਸੀਗੇ, ਉਹਨਾਂ ਨੇ ਇਹ ਸ਼ਾਮ ਨੂੰ ਦਿੱਤੀ ਹੈਗੀ 6-7 ਵਜੇ, ਕਿਉਂਕਿ ਉਹਨਾਂ ਦਾ ਅੰਦਰ ਵਰਕ ਬਹੁਤ ਹੈਗਾ। ਉਹਨਾਂ ਨੇ ਕਿਉਂਕਿ ਇਹਨੂੰ ਜਦੋਂ ਆਪਾਂ ਬਾਹਰ ਲੈ ਕੇ ਆਉਂਦੇ ਹਾਂ ਬਹੁਤ ਥਾਵਾਂ 'ਤੇ ਚੈਕਿੰਗ ਕਰਦੇ ਆ ਉਹ ਬਿੱਲ ਵਗੈਰਾ ਦੀ, ਸਿਕਿਉਰਿਟੀ ਬਹੁਤ ਟਾਈਟ ਆ ਮਤਲਬ ਉਹਨਾਂ ਦੀ। ਅਤੇ ਇਹ ਨਵੀਂ ਤਕਨੀਕ ਦੀ ਹੈਗੀ, ਕਿਉਂਕਿ ਹੁਣ ਤੁਹਾਨੂੰ ਪਤਾ ਹੈਗਾ ਵੀ ਜੀਰੋ ਡਰਿੱਲ ਵਾਲਾ ਕੰਮ ਜ਼ਿਆਦਾ ਹੋ ਰਿਹਾ ਅਤੇ ਆਪਣਾ ਵਾਹੁਣ ਦਾ ਕੰਮ ਘੱਟ ਰਿਹਾ ਹੈਗਾ, ਕਿਉਂਕਿ ਅਗਲਾ ਕਹਿੰਦਾ ਵੀ ਤੇਲ ਕਿੱਥੇ ਫੂਕਾਂਗੇ, ਜਿੰਨੇ ਦਾ ਤੇਲ ਫੂਕਾਂਗੇ ਉਹਨਾਂ ਦੀ ਇਹ ਲੈ ਆਵਾਂਗੇ ਅਤੇ ਇਹਦੇ ਨਾਲ ਆਪਾਂ ਬਿਜਾਈ ਕਰ ਸਕਦੇ ਹੈਗੇ। ਬਾਕੀ ਕਿਉਂਕਿ ਵਧੀਆ ਫਸਲ ਇਹਦੇ ਨਾਲ ਹੀ ਸਹੀ ਹੋ ਜਾਂਦੀ ਹੈਗੀ, ਵਾਹੁਣ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ। ਬਾਕੀ ਆਪਣੀ ਆਪਣੀ ਇੱਛਾ ਉਹ ਤਾਂ। ਅਤੇ ਤੁਹਾਨੂੰ ਬਾਕੀ ਇਹਦੇ ਬਾਰੇ ਮੈਂ ਜਾਣਕਾਰੀ ਦਿੰਦਾ ਵੀ ਇਹ 'ਚ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਜਗਤਜੀਤ ਕੰਪਨੀ ਵਾਲਿਆਂ ਦੀ ਹੈਗੀ, ਠੀਕ ਹੈ, ਜੀਰੋ ਡਰਿੱਲ। ਬਾਕੀ ਇਹਨਾਂ ਨੇ ਨਵੀਂ ਇਹ 'ਚ ਕੀ ਤਕਨੀਕ ਕੀਤੀ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਹੈਗਾ। ਇਹ ਦੇਖੋ ਵੀ ਇਹਨਾਂ ਨੇ ਇਹਦੇ 'ਚ ਜਿਹੜੇ ਫਾਲੇ ਨੇਗੇ ਉਹ ਦੇਖੋ ਕਿੰਨੇ ਤਿੱਖੇ ਬਣਾਏ ਨੇ, ਠੀਕ ਹੈ ਨਾ। ਨਹੀਂ ਤਾਂ ਪਹਿਲਾਂ ਵਾਲੇ ਜਿਹੜੇ ਹੁੰਦੇ ਸੀਗੇ ਉਹਨਾਂ 'ਚ ਤਾਂ ਜਿਵੇਂ ਆਪਣੇ ਹਲਾਂ ਦੇ ਹੁੰਦੇ ਸੀਗੇ, ਤੁਹਾਨੂੰ ਮੈਂ ਦਿਖਾ ਦਿੰਦਾ, ਜਿਵੇਂ ਆਹ ਪਏ ਆ ਕੋਲੇ ਆਹ ਚੀਜ਼ ਹੁੰਦੀ ਸੀ, ਅਤੇ ਉਹਨਾਂ 'ਚ ਤਿੱਖੇ ਫਾਲੇ ਦਿੱਤੇ ਨੇਗੇ ਵੀ ਆਪਾਂ ਨੂੰ ਵਾਹੁਣ ਦੀ ਲੋੜ ਨੀਗੀ, ਵਹਾਈ ਦਾ ਕੰਮ ਵੀ ਕਰਦੇ ਨੇ ਨਾਲ ਇਹ। ਅਤੇ ਉਦੋਂ ਬਾਅਦ ਜਿਨ੍ਹਾਂ ਨੇ ਸਬਸਿਡੀ ਲੈਣੀ ਹੈਗੀ ਉਹਦੇ ਵਾਸਤੇ ਇਹਨਾਂ ਨੇ ਆਹ ਨੰਬਰ ਵੀ ਦਿੱਤਾ ਹੋਇਆ ਆਪਣਾ 2022, ਮਤਲਬ ਇਹ 'ਤੇ ਆਪਾਂ ਸਬਸਿਡੀ ਲੈ ਸਕਦੇ ਹੈਗੇ। ਇਹ ਤੋਂ ਸਾਲ ਪਤਾ ਲੱਗ ਜਾਂਦਾ ਮਾਡਲ ਨੰਬਰ ਵੀ ਕਿਹੜੇ ਸੰਨ 'ਚ ਬਣੀ ਹੈ, ਇਹ ਵੀ ਨਵੀਂ ਹੈ ਕਿ ਪੁਰਾਣੀ ਹੈਗੀ। ਸਬਸਿਡੀ ਲੈਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਅਤੇ ਇਹ 'ਚ ਆਪਾਂ ਜਿਹੜਾ ਬੀ ਹੈ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੈਗੇ, ਜਿੰਨਾ ਵੀ ਮਤਲਬ ਤੁਸੀਂ ਪਾਉਣਾ ਹੈਗਾ। ਆਹ ਦੇਖੋ ਲਿਖਿਆ ਹੋਇਆ ਖਾਦ, ਅੱਗੇ ਖਾਦ ਪੈਂਦੀ ਹੈ ਪਿੱਛੇ ਬੀਜ, ਠੀਕ ਹੈ ਜੀ। ਅਤੇ ਬਹੁਤ ਹੀ ਹੈਵੀ ਬਣੀ ਹੋਈ ਹੈਗੀ, ਤੁਹਾਨੂੰ ਪਤਾ ਜਗਤਜੀਤ ਦਾ ਤਾਂ ਵੈਸੇ ਵੀ ਨਾਂ ਹੈਗਾ। ਆਹ ਮੈਂ ਤੁਹਾਨੂੰ ਪਿਛਲੇ ਪਾਸਿਓਂ ਦਿਖਾਉਣਾ ਇਹਨੂੰ ਹੁਣ, ਆਹ ਆਪਣਾ ਇੱਥੋਂ ਵੀ ਸੈੱਟ ਹੁੰਦਾ ਜੀ। ਆਹ ਦੇਖੋ 0 1 2 3 4 5 7 8 ਸਾਰੇ ਵੀ ਸੈੱਟ ਕਰਨ ਵਾਸਤੇ ਹੈ। ਇੱਥੇ ਇਹਨਾਂ ਨੇ ਹੈਲਪ ਲਾਈਨ ਨੰਬਰ ਦਿੱਤਾ ਹੋਇਆ ਆਪਦਾ, ਜੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਪਤਾ ਕਰ ਸਕਦੇ ਹੋਗੇ। ਇੱਥੇ ਪੰਜਾਬੀ 'ਚ ਲਿਖਿਆ ਹੋਇਆ, ਹਿੰਦੀ 'ਚ ਲਿਖਿਆ ਹੋਇਆ, ਇੰਗਲਿਸ਼ 'ਚ ਲਿਖਿਆ ਹੋਇਆ ਹੈਗਾ ਜੀਰੋ ਡਰਿੱਲ, ਜਿਹਨੂੰ ਨਹੀਂ ਪਤਾ ਲੱਗਦਾ। ਆਹ ਪਿੱਛੇ ਪੋਰ ਆ ਗਏ, ਅੱਗੇ ਆ ਗਏ, ਪਿੱਛੇ ਹੈਗੇ ਨੇ 7 ਪੋਰ ਅਤੇ ਆਹ ਉੱਪਰ ਚੜ੍ਹ ਕੇ ਖੜਨ ਨੂੰ, ਮਤਲਬ ਜਦੋਂ ਚੱਲਦੀ ਹੋਈ ਮਸ਼ੀਨ 'ਤੇ ਬੰਦਾ ਉੱਪਰ ਚੜ੍ਹ ਕੇ ਖੜ ਕੇ ਵੀ ਸੈੱਟ ਕਰ ਸਕਦਾ ਹੈਗਾ। ਅਤੇ ਇੱਧਰ ਇਹਨਾਂ ਦਾ ਲਿਖਿਆ ਹੋਇਆ ਸਾਰਾ ਕੁਛ, ਇਹਨਾਂ ਦਾ ਜਿਵੇਂ ਵੀ ਹੈ, ਵੇਟ ਕਿੰਨਾ ਮਸ਼ੀਨ ਦਾ, 4 ਕੁਇੰਟਲ 21 ਕਿਲੋ ਵੇਟ ਹੈ, ਸਾਰਾ ਕੁਛ ਇਹਨਾਂ ਨੇ ਲਿਖਿਆ ਹੋਇਆ ਇਹਦੇ 'ਤੇ, ਚੀਮਾ ਮੰਡੀ। ਅਤੇ ਬਾਕੀ ਤੁਹਾਨੂੰ ਹੁਣ ਇਹ ਮੈਂ ਦਿਖਾ ਦਿੱਤੀ ਹੈਗੀ ਸਾਰੀ, ਇਦੋਂ ਬਾਅਦ ਆਪਾਂ ਤੁਹਾਨੂੰ ਇਹ ਫਿਰ ਚੱਲਦੀ ਹੋਈ ਦਿਖਾਵਾਂਗੇ ਵੀ ਜਦੋਂ ਆਪਾਂ ਬਿਜਾਈ ਕਰਾਂਗੇ ਵਰਕ ਕਰਾਂਗੇ ਵੀ ਕਿਵੇਂ ਕੰਮ ਕਰਦੀ ਹੈ ਇਹ, ਤੁਹਾਨੂੰ ਉਹ ਵੀ ਵੀਡੀਓ ਦਿਖਾਈ ਦੇਵਾਂਗੇ। ਚਲੋ ਜਾਣਕਾਰੀ ਮਿਲਦੀ ਰਹਿੰਦੀ ਹੈਗੀ। ਅਤੇ ਬਹੁਤ ਹੀ ਸੋਹਣੀ ਚੀਜ਼ ਬਣਾਈ ਹੈਗੀ, ਜਿਨ੍ਹਾਂ ਨੇ ਵੀ ਲੈਣੀ ਹੈ ਹੁਣ ਨਵੀਂ ਪਰਚੇਜ ਕਰਨੀ ਹੈ ਜਗਤਜੀਤ ਵਾਲਿਆਂ ਦੇ, ਲਓ ਇਹ 70,000 ਦੇ ਕਰੀਬ ਹੈਗੀ। ਚਲੋ ਜੀ ਤੁਹਾਨੂੰ ਬਾਅਦ 'ਚ ਦਿਖਾਉਣੇ ਆ ਬਾਕੀ ਜਦੋਂ ਚੱਲੀ ਇਹ। ਓਕੇ ਜੀ।